ਹਾਂਜੀ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ, ਦੇਖਣ ਵਾਲਾ ਚੈਨਲ ਹੈ, ਦੇਖਦੇ ਰਹੋ। ਲਓ ਜੀ ਇਹ ਤਾਂ ਅਸੀਂ ਕਿਸੇ ਹੋਰ ਦੀ ਸ਼ੁਰੂਆਤ ਸਟਾਰਟਿੰਗ, ਅੱਜ ਮੈਂ ਥੋੜ੍ਹੀ ਜਿਹੀ ਚੋਰੀ ਕੀਤੀ ਕਿਸੇ ਦੀ, ਸਾਡੇ ਦੀਪਕ ਸ਼ਰਮਾ ਚਨਾਰਥਲ ਜੀ ਸਾਡੇ ਸੀਨੀਅਰ ਸਰ ਨੇ, ਅੱਜ ਮੈਂ ਉਹਨਾਂ ਦੀ, ਮੈਂ ਕਿਹਾ ਉਹਨਾਂ ਦੀ ਵੀ ਥੋੜ੍ਹੀ ਜਿਹੀ ਕਾਪੀ ਕਰ ਲਈ। ਉਹਨਾਂ ਦੀ ਮੈਨੂੰ ਬਹੁਤ ਵਧੀਆ ਲੱਗਦੀ ਹੈ ਜਿਹੜੀ ਉਹਨਾਂ ਦੀ ਸਟਾਰਟਿੰਗ ਹੁੰਦੀ ਹੈ, ਮੈਂ ਕਿਹਾ ਅੱਜ ਆਪਣੇ ਸ਼ੋਅ 'ਚ ਵੀ ਉਹ ਲਿਖਦੇ ਹਾਂ। ਤਾਂ ਲਓ ਜੀ ਮੈਂ ਲੈ ਲਈ ਅਤੇ ਆਪਾਂ ਆਪਣੀ ਐਂਟਰੀ ਕਰ ਲਈਏ। ਲਓ ਜੀ ਮੈਂ ਹਾਂ ਪਰਾਗ ਸਿੰਘ, ਵੈਸੇ ਤਾਂ ਤੁਸੀਂ ਜਾਣਦੇ ਹੋ, ਦੱਸਣ ਦੀ ਲੋੜ ਤਾਂ ਹੈ ਨਹੀਂ। ਅਤੇ ਸ਼ੋਅ ਲੈ ਕੇ ਆ ਗਿਆ ਜੀ ਮੈਂ ਮਸਤੀ ਮਜ਼ਾਕ। ਇਹ ਸ਼ੋਅ ਤੁਹਾਨੂੰ ਪਤਾ ਵੀ ਆਪਾਂ ਲੋਕਾਂ ਨਾਲ ਦੋ ਫਨੀ ਜਿਹੇ ਸਵਾਲ ਹੁੰਦੇ ਆ ਜਿਹਦੇ ਲੌਜਿਕ ਪਤਾ ਨਹੀਂ ਹੁੰਦਾ ਜਾਂ ਨਹੀਂ ਹੁੰਦਾ, ਇਹ ਤਾਂ ਰੱਬ ਹੀ ਜਾਣਦਾ। ਅਤੇ ਇੱਕ ਹੁੰਦਾ ਟੰਗ ਟਵਿਸਟਰ, ਉਹ ਆਪਾਂ ਲੋਕਾਂ ਨੂੰ ਪੁੱਛਦੇ ਹਾਂ, ਉਹਨਾਂ ਤੋਂ 10 ਵਾਰ ਅੱਜ ਬੁਲਵਾਵਾਂਗੇ। ਕੀ ਬੁਲਵਾਵਾਂਗੇ ਹਲੇ ਨਹੀਂ ਦੱਸਣਾ, ਬਾਅਦ 'ਚ ਪਹਿਲਾਂ ਹੀ ਸਾਰਾ ਕੁਝ ਦੱਸਦਾ ਵੀ ਫਾਇਦਾ ਕੀ ਆ। ਤਾਂ ਚਲੋ ਜੀ ਲੋਕਾਂ ਵੱਲ ਚੱਲਦੇ ਹਾਂ, ਉਹਨਾਂ ਨਾਲ ਮਸਤੀ ਮਜ਼ਾਕ ਕਰਦੇ ਹਾਂ। ਆਓ ਜੀ ਚੱਲੀਏ। ਅੱਜ ਬਾਈ ਕੀ ਨਾਮ ਹੈ ਤੁਹਾਡਾ? ਮੇਰਾ ਧਰਮਿੰਦਰ ਸਿੰਘ ਭਾਅ ਜੀ। ਅੱਛਾ ਧਰਮਿੰਦਰ ਸਿੰਘ। ਸਤਵਿੰਦਰ ਸਿੰਘ। ਰਣਜੀਤ ਸਿੰਘ। ਰਣਧੀਰ। 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 ਅੱਛਾ ਅੱਛਾ ਯਾਰ, ਮੈਨੂੰ ਇੱਕ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ, ਬਹੁਤ ਲੋਕਾਂ ਤੋਂ ਪੁੱਛ ਲਿਆ। ਮੈਨੂੰ ਇਹ ਦੱਸੋ ਜੇ 1-5 ਦੇ ਬਰਾਬਰ ਆ, 2-10 ਦੇ ਬਰਾਬਰ ਆ, 3-15 ਦੇ ਬਰਾਬਰ ਹੈ ਅਤੇ 4-20 ਦੇ ਬਰਾਬਰ ਹੈ, ਤਾਂ 5 ਕਿਹਦੇ ਬਰਾਬਰ ਹੋਇਆ? ਦੁਬਾਰਾ ਭਾਈ ਸ਼ੋ ਕਰੀ ਮੈਂ ਸਮਝੇ। ਦੁਬਾਰਾ ਭਾਈ ਸਾਰੇ ਪਹਿਲਾਂ ਹੀ ਸੁਣ ਲਓ, ਜੇ 1-5 ਦੇ ਬਰਾਬਰ ਹੈ, 2-10 ਦੇ ਬਰਾਬਰ ਹੈ, 3-15 ਦੇ ਬਰਾਬਰ ਹੈ, 4-20 ਦੇ ਬਰਾਬਰ ਹੈ, ਤਾਂ 5 ਕਿਹਦੇ ਬਰਾਬਰ ਹੋਇਆ? 25 ਦੇ ਬਰਾਬਰ ਹੈ। ਨਹੀਂ, ਇਹ ਗਲਤ ਆਨਸਰ। 25 ਉਹ ਵੀ ਅਸਲੀ 25 ਹੈ। 50 ਦੇ ਕਿਹੜੇ ਲੌਜਿਕ? ਇਹਨਾਂ ਦੇ ਚਲੋ ਮੰਨ ਲਿਆ 25 ਕਿਸੇ ਲੌਜਿਕ ਨਾਲ, ਲੌਜਿਕ ਸਾਨੂੰ ਆਬਵੀਅਸਲੀ 25 ਹੁੰਦੇ ਆ। 25 ਸਾਨੂੰ ਅੱਛਾ ਚਲੋ, ਜਿੰਨੇ ਮੈਂ ਐਂਡ ਚ ਆਨਸਰ ਦੱਸ ਕੇ ਜਾਊਂਗਾ, ਇਹਨੇ ਟੰਗ ਟਵਿਸਟਰ ਹੈ। ਫਾਸਲਾ ਕਾ ਫੈਸਲਾ, ਇਹ 10 ਵਾਰ ਬੋਲਣਾ ਤੇਜ਼ ਤੇਜ਼। ਲੋਕਲ ਹੀ ਹੋ ਤੁਸੀਂ? ਫਾਸਲੇ ਕਾ ਫੈਸਲਾ। ਅੱਛਾ ਬਾਈ ਸ਼ੋਅ ਚੱਲ ਰਿਹਾ ਮਸਤੀ ਮੈਂ, ਪਹਿਲਾਂ ਤਾਂ ਆਪਣੇ ਆਪਣੇ ਨਾਮ ਦੱਸ ਦਿਓ ਮੈਨੂੰ। ਤਥਾਗਤ। ਏਕਲੂਟ ਸਿੰਘ। ਸੰਦੀਪ। ਅਜੀ ਵਿਸ਼ਨੂ ਕਾਂਤ। ਨਵੀਨ। ਬੜੇ ਖਤਰਨਾਕ ਖਤਰਨਾਕ ਨਾਮ ਵੀ ਯਾਦ ਰੱਖਣੇ ਵਾਲੇ ਔਖੇ। ਅੱਛਾ ਮੇਰੇ ਯਾਰ ਉਹ ਹੈ ਕੁਐਸਚਨ, ਆ ਮੈਨੂੰ ਆਨਸਰ ਨਹੀਂ ਮਿਲ ਰਹੇ ਉਹਦੇ। ਪਹਿਲਾ ਕੁਐਸਚਨ ਤਾਂ ਇਹ ਆ ਵੀ ਜੇ 1-5 ਦੇ ਬਰਾਬਰ ਆ, ਸਾਰੇ ਸੁਣ ਲਓ ਮੈਂ ਦੁਬਾਰਾ ਦੱਸਣਾ, ਜੇ 1-5 ਦੇ ਬਰਾਬਰ ਆ, 2-10 ਦੇ ਬਰਾਬਰ ਆ, 3-15 ਦੇ ਬਰਾਬਰ ਆ, 4-20 ਦੇ ਬਰਾਬਰ ਆ, ਤਾਂ 5 ਕਿਹਦੇ ਬਰਾਬਰ ਹੋਇਆ? ਸਾਰਿਆਂ ਤੋਂ ਬੁਲਵਾਉਣਾ ਫਾਲਸੇ ਦਾ ਫਾਸਲਾ। ਫਾਲਸੇ ਕਾ ਬੋਲਦੇ? ਦਾ ਨਾ ਫਾਲਸੇ ਕਾ ਫਾਲਸਾ, 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 ਫਾਲਸੇ ਕਾ ਫਾਲਸਾ ਨਹੀਂ, ਫਾਲਸੇ ਕਾ ਫੈਸਲਾ, 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 ਫਾਲਸੇ ਕਾ ਫਾਸਲਾ। ਫਾਸਲਾ ਬੋਲ ਰਹੇ? ਫੈਸਲਾ ਬੋਲ ਰਹੇ? ਫਾਸਲਾ, ਫਾਲਸੇ ਕਾ ਫਾਸਲਾ। ਹਾਂਜੀ, ਫਾਲਸੇ ਕਾ ਫਾਸਲਾ, 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 ਫਾਲਸੇ ਕਾ ਫਾਸਲਾ। ਗਾਣਾ ਵੀ, ਗਾਣਾ ਕੌਣ ਸੁਣਾਊਗਾ? ਫਾਲਸੇ ਕਾ ਫਾਸਲਾ, ਫਾਲਸੇ ਕਾ ਫਾਸਲਾ, ਫਾਲਸੇ ਕਾ ਫਾਸਲਾ, ਫਾਲਸੇ ਕਾ ਫਾਸਲਾ, ਫਾਸਲੇ ਫਾਲਸੇ ਕਾ ਫਾਸਲਾ, ਫਾਸਲੇ ਕਾ ਫੈਸਲਾ, ਫਾਲਸੇ 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 ਕਾ ਫੈਸਲਾ। ਗਾਣਾ ਕੌਣ ਸੁਣਾ ਰਿਹਾ ਦੱਸੋ? ਗਾਣਾ ਨਹੀਂ ਆਉਂਦਾ ਭਈਆ। ਫਿਰ ਕੀ ਆਉਂਦਾ? ਕੁਛ ਨਹੀਂ ਵੈਸੇ ਅਸੀਂ।
डांस डांस ना ना डांस आ डांस आ नहीं आता है कौन भाई एक जाने दा इतना बड़ा ग्रुप है तोड़ा एक नूर ए इधर पड़ो इधर इधर आया भरा आ जा ए रिया मुंडा दूर भज्जी जांदा आ जा एक नूर नूर एक इसने गाने दे आ जा फटाफट आ जा चेती आया इतना नहीं कर ए किवें 10 कहंदा होंदा ही नहीं अच्छा चल तू क्या कर अच्छा तोड़े जो पुशअप कौन ज्यादा मारूगा कौन ज्यादा मारूगा चारों मारो देख दिया कौन मारूगा चलो बचाए दो लग में तो एक नहीं लगना जो मैं लग गया कोशिश है मैं भी आ जाना चलो जेड़ा जित गया उन्हें क्या जे मैं जित गया सारे जो फिर एक गाना गा के सुनाना पौगा चारा जो किसी ने दसो ठीक है चारा जो किसी ने गाना सुनाना पौगा जो मैं मार ले सबसे ज्यादा गाना चला दिया पंगड़ा करूंगे फिर एक नूर भी आ जाएगा फिर वो मुंडा एक नो ए मुंडा नहीं आ रहा वा बाकी सारे यार ये मत कर यार पंगड़ा अच्छा चलो ओ आपा बात ची को और क्वेश्चन है मनु याद आ गया आमद हुई मेरे दिमाग च एक दो रूम है बहुत दूर दूर है रूम एक च तीन बल्ब लगे एक बल्ब लगे हुआ तीन स्विच है एक रूम च एक बल्ब है एक अलग रूम च तीन स्विच है आपा पता लाना भी केड़े स्विच नाल बल्ब चलदा किवें पता लावांगे ਉਹ ਸਵਿਚ ਇੱਦਾਂ ਵੀ ਉਹ ਜੇ ਔਨ ਕਰੋ ਤਾਂ ਹੀ ਔਨ ਹੁੰਦੇ ਆ ਨਹੀਂ ਬੰਦ ਹੋ ਜਾਂਦੇ ਆ ਜਦੋਂ ਛੱਡ ਦਿਓ ਸੋਚੋ ਲੌਜੀਕ ਵਾਲਾ ਕੁਐਸਚਨ ਹੈ ਇਹ ਰੂਮ ਦੂਰ ਦੂਰ ਹੈ ਹਾਂ ਇੱਕ ਰੂਮ ਮੇਂ ਬੱਲ ਲਗਾ ਹੁਆ ਹੈ ਬਿਲਕੁਲ ਔਰ ਇੱਕ ਰੂਮ ਮੇਂ ਤਿੰਨ ਸਵਿਚ ਹੈ ਤਿੰਨ ਸਵਿਚ ਹੈ ਤਿੰਨ ਮੇਂ ਸੇ ਕੌਨ ਸਾ ਜਲੇਗਾ ਇਹ ਬਤਾਨਾ ਹੈ ਹਾਂ ਉਹ ਤਿੰਨਾਂ ਚੋਂ ਕਿਹੜੇ ਸਵਿਚ ਨਾਲ ਬੱਲਬ ਚੱਲੇਗਾ ਅੱਛਾ ਉਹ ਬੱਲਬ ਇੱਦਾਂ ਜਿਵੇਂ ਬੈਲ ਨਹੀਂ ਹੁੰਦੀ ਦੱਬਿਆ ਉਹ ਬੰਦ ਹੋ ਜਾਂਦਾ ਨਾਲ ਦੀ ਨਾਲ ਉਵੇਂ ਦਾ ਸਵਿਚ ਹੈ दिमाग लाने पढ़ाई की कर दे आंसर तो दसो यार इंटेलिजेंट स्टूडेंट अच्छा दसो की होगा आंसर तीनों को बार बार जला के जाके चेक कर लेंगे ओ जदन नु दा ओदन नु बंद हो जांदा तो तीनों को साथ में दबा लेंगे खोल के तिन्ना तिन्ना नु दब बताओ तीनों बंद हो जाएंगे जब तीनों ही बंद हो जाए फिर पता कैसे चलेगा जलेगा क्या फिर वो नाल ही बंद हो जांदे ना ये लॉजिक वाला बहुत दिमाग है चलो पहला मुंडा भंगड़ा करके दिखा रहा है गाने केड़े गाने दे करेगा ये दस सारे करनगे ना सारे आ रहे हैं क्योंकि मैं तो सारे हारे हैं सारे करनगे गाना दसो केड़ा लाइए दलजीत दा मुछ ला दिए आ कैमरे वाले भाजी माड़ा जिहा माइक फड़ो मुंडे नूं फड़ लिया जिहड़ा आ नहीं रहा सी कैमरे मूहरे अच्छा हुण दस पहला ये दस भी तू कैमरे मूहरे क्यों नहीं आ रहा नहीं ओह कोई चक्कर नहीं है वैसे नहीं चक्कर की है क्यों नहीं आना चाह रहा सी तो मैं कदा तैनूं बुला रहा चक्कर कुछ नहीं होता ही वैसे ही वैसे ही कोई रीजन है डर लगता है कोई की क्यों नहीं रीजन तो कोई नहीं होता ही बस अच्छा मैं हुण गाना सुनाऊंगा तू बाकियां दी फरमाइश बहुत सी भी यह मुंडा बहुत वधिया गाना गाउंदा मैं तो भाजी दो दिन होए इन्हां नूं मिलिया गाना एनी देख पॉपुलैरिटी किन्नी होगी तेरी आवाज बढ़िया लग सुना हुण तां गाना सुना दे चल हो जाए शुरू गाना भाजी ओदा ही जिवें मर्जी गा दे कोई भी हो दे कोई भी जेड़ा मर्जी पंजाबी हिंदी अंग्रेजी बंगाल बंगाल वाला गा नहीं इतना भाजी गाना दे कोई भी सिद्धू मूसेवाला का नौजला सिप्पी गिल जेड़ा मर्जी सुना चक परदे पै जांदे ने अबे आ अंगड़ाइयां ते ਪਾਉਣਾ ਤੇਰੀ ਕੁਦਰਤ ਦੇ ਨਾਲ ਯਾਰੀ ਪਾ ਗਈਆਂ ਉਹ ਫੁੱਲ ਜਹਾਨ ਦੇ ਤੇਰੇ ਰਾਹੀਂ ਵਿਛਣਾ ਚਾਹੁੰਦੇ ਨੇ ਉਹ ਤੈਨੂੰ ਦੱਗ ਕੇ ਭਰੀਆਂ ਆਪੋ ਆਪਣੇ ਰਾਹ ਗਈਆਂ ਉਹ ਤੈਨੂੰ ਦੱਗ ਕੇ ਭਰੀਆਂ ਆਪੋ ਆਪਣੇ ਰਾਹ ਗਈਆਂ
ਲਓ ਜੀ ਸਾਹ ਚੜ ਗਿਆ ਮੁੰਡਿਆਂ ਨੇ ਪੁਸ਼ਅਪ ਵੀ ਮਰਵਾਤੇ ਨੱਚ ਕੇ ਵੀ ਦਿਖਾਤਾ ਗਾਣੇ ਵੀ ਸੁਣਾਤੇ ਪਰ ਹੁਣ ਇੱਕ ਬ੍ਰੇਕ ਲੈ ਲੈਂਦੇ ਕਿਉਂਕਿ ਮੈਨੂੰ ਵੀ ਸਾਹ ਚੜ ਗਿਆ ਹੁਣ ਪਾਣੀ ਪੀ ਆਵਾਂ ਮੈਂ ਬ੍ਰੇਕ ਲੈ ਕੇ ਮੈਂ ਪਾਣੀ ਪੀ ਗਿਆ ਨਾ ਤੁਸੀਂ ਕਿਤੇ ਨਹੀਂ ਜਾਣਾ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਮੈਂ ਹੁਣੇ ਗਿਆ ਅਤੇ ਹੁਣੇ ਵਾਪਸ ਆਇਆ ਲਓ ਜੀ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਫਿਰ ਇੱਕ ਵਾਰ ਸਵਾਗਤ ਹੈ ਸ਼ੋਅ ਚੱਲ ਰਿਹਾ ਮਸਤੀ ਮਜ਼ਾਕ ਅਤੇ ਅੱਜ ਮੈਂ ਮਸਤੀ ਮਜ਼ਾਕ ਕਰਨ ਪਹੁੰਚਿਆ ਲੇਕ 'ਤੇ ਅਤੇ ਆਓ ਜੀ ਫਿਰ ਚੱਲਦੇ ਹਾਂ ਲੋਕਾਂ ਵੱਲ ਫਿਰ ਉਹਨਾਂ ਨੂੰ ਕਰਦੇ ਹਾਂ ਆਪਣੇ ਸਵਾਲਾਂ ਨਾਲ ਕਨਫਿਊਜ਼ ਅਤੇ ਉਹਨਾਂ ਤੋਂ ਪੁੱਛਦੇ ਹਾਂ ਟੰਗ ਟਵਿਸਟਰ ਅਤੇ ਉਹਨਾਂ ਨਾਲ ਕਰਦੇ ਹਾਂ ਮਸਤੀ ਮਜ਼ਾਕ ਤਾਂ ਆਓ ਜੀ ਚੱਲਦੇ ਹਾਂ ਫਿਰ ਲੋਕਾਂ ਵੱਲ ਲਓ ਮਿਲ ਗਿਆ ਯੂਥ ਅੱਛਾ ਭਾਈ ਮੇਰਾ ਇੱਕ ਸਵਾਲ ਹੈ ਮੈਨੂੰ ਪਤਾ ਨਹੀਂ ਚੱਲ ਰਿਹਾ ਉਹਦਾ ਆਨਸਰ ਨਹੀਂ ਪਤਾ ਚੱਲ ਰਿਹਾ ਆ ਜਾਓ ਭਾਈ ਤੁਸੀਂ ਵੀ ਆ ਜਾਓ ਬਾਅਦ 'ਚ ਖਾ ਲਿਓ ਕੋਈ ਚੱਕਰ ਨਹੀਂ ਕੋਈ ਨਹੀਂ ਖਾਂਦਾ ਹੈਗਾ ਅੱਛਾ ਜੇ ਇੱਕ 5 ਦੇ ਬਰਾਬਰ ਆ 2 10 ਦੇ ਬਰਾਬਰ ਆ 3 15 ਦੇ ਬਰਾਬਰ ਆ 4 20 ਦੇ ਬਰਾਬਰ ਆ ਤਾਂ 5 ਕਿਹਦੇ ਬਰਾਬਰ ਹੋਇਆ 25 ਦੇ ਨਾ ਗਲਤ ਹੈ ਭਾਈ ਕਿਹਦੇ ਬਰਾਬਰ ਹੋਊਗਾ 5 2 ਦੇ ਬਰਾਬਰ ਹੈ 2 ਦੇ 5 2 ਦੇ ਬਰਾਬਰ ਕਿਵੇਂ ਆ 25 5 ਨਾਲ 2 25 ਨਹੀਂ 5 ਨਾਲ 2 25 5 ਨਾਲ ਨਹੀਂ ਲੱਗਣਾ ਦੱਸੋ ਉਹ 14 ਲਾਤਾ ਇਹ ਜ਼ਿਆਦਾ ਉਹ ਲਾਤੀ ਕੀ ਹੋਊਗਾ ਆਨਸਰ ਨਹੀਂ ਪਤਾ ਪੁੱਛੇ ਗੈਸਟਾ ਕਰੋ ਉਹਨਾਂ ਚਲੋ ਗਲਤ ਗੈਸ ਕੀਤਾ ਕੀਤਾ ਤਾਂ ਸਹੀ ਧਿਆਨ ਅੱਛਾ ਟੰਗ ਟਵਿਸਟਰ ਹੈ ਫਾਲਸੇ ਕਾ ਫੈਸਲਾ 10 ਵਾਰ ਬੋਲਣਾ ਤੇਜ਼ ਤੇਜ਼ ਕੀ ਜੀ ਫਾਲਸੇ ਕਾ ਫੈਸਲਾ ਫਾਲਸੇ ਕਾ ਫੈਸਲਾ ਫਾਲਸੇ ਕਾ ਫੈਸਲਾ ਫਾਸਲੇ ਕਾ ਫਾਲਸਾ ਫਾਲਸੇ ਕਾ ਫੈਸਲਾ ਫੈਸਲੇ ਕਾ ਕਿਵੇਂ ਦੁਬਾਰਾ ਦੱਸੋ ਕੋਈ ਫਾਲਸੇ ਕਾ ਫੈਸਲਾ ਫਾਸਲੇ ਕਾ ਫੈਸਲਾ ਹਾਂ ਤੂੰ ਬੋਲ ਪਹਿਲਾਂ ਫਾਲਸੇ ਕਾ ਫੈਸਲਾ 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 ਇਹ ਤਾਂ 5-6 ਵਾਰ ਹੈ 10 ਵਾਰ ਬੋਲਣਾ ਦੁਬਾਰਾ ਸਟਾਰਟ ਕਰਨਾ ਦੁਬਾਰਾ ਸਟਾਰਟ ਹੋਰ 6 ਤੋਂ ਦੁਬਾਰਾ ਥੋੜੀ ਗਿਣਤੀ ਫਾਲਸੇ ਕਾ ਫੈਸਲਾ 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 ਹੋ ਗਿਆ ਅੱਛਾ ਭਾਈ ਤੁਸੀਂ ਹੁਣ ਤੁਸੀਂ ਕਹਿ ਰਹੇ ਸੀ ਮੈਨੂੰ ਨਹੀਂ ਸਮਝ ਹੁਣ ਤਾਂ ਜ਼ਰੂਰ ਹੁਣ ਟੰਗ ਟਵਿਸਟਰ ਦਾ ਬੋਲਣਾ ਪਊਗਾ ਫਾਸਲੇ ਕਾ ਫੈਸਲਾ ਫਾਲਸੇ ਕਾ ਫਾਲਸੇ ਕਾ ਫੈਸਲਾ 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 ਹਾਂ ਬੋਲ ਗਏ ਹੁਣ ਸਮਝ ਆ ਗਿਆ ਹਾਂ ਬੋਲ ਫਾਸਲੇ ਕਾ ਫੈਸਲਾ ਫਾਸਲੇ ਫਿਰ ਫਾਸਲੇ ਕਾ ਫਾਲਸੇ ਕਾ ਫਾਲਸੇ ਕਾ ਫੈਸਲਾ 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 ਫਾਸਲੇ ਕਾ ਫੈਸਲਾ ਫਾਸਲੇ ਕਾ ਅੱਛਾ ਗਾਣਾ ਸੁਣਾ ਦੇ ਕੋਈ ਗਾਣਾ ਬਈ ਯਾਰ ਕੋਈ ਵੀ ਗਰਦਨ ਸੈੱਟ ਕਰ ਜਿੱਦੇ ਬਣ ਗਈ ਸਲਾਹ ਕੁੜੇ ਦੱਸ ਦੂੰ ਜੱਟ ਥਾਰ ਤੇ ਲਵਾ ਕੇ ਅੱਜ ਫੁੱਲਣੀ ਅੱਛਾ ਥਾਰ ਵਾਲੇ ਤਾਂ ਵੈਸੇ ਹੈ ਨਹੀਂ ਆਪਾਂ ਸਵਿਫਟ ਵਾਲੀਆਂ ਹਜੇ ਤਾਂ ਫਿਰ ਐਂ ਕਹੋ ਨਾ ਸਵਿਫਟ ਤੇ ਲਵਾ ਕੇ ਅੱਜ ਫੁੱਲਣੀ ਹੁਣ ਮੇਰੇ ਸਵਾਲ ਹੈ 2 ਮੈਨੂੰ ਉਹਦੇ ਆਨਸਰ ਨਹੀਂ ਮਿਲ ਰਹੇ ਹੈ ਲੌਜਿਕ ਵਾਲੇ ਉਹ ਚਾਹੀਦੇ ਆ ਇੱਕ ਟੰਗ ਟਵਿਸਟਰ ਵੀ ਪੁੱਛਾਂਗੇ ਓਕੇ ਅੱਛਾ ਇਹ ਦੱਸੋ ਭਾਈ ਨਾਮ ਦੱਸੋ ਪਹਿਲਾਂ ਨਾਮ ਕੀ ਤੁਹਾਡਾ ਮੇਰਾ ਜੀ ਮਨਦੀਪ ਸਿੰਘ ਮਨਦੀਪ ਸਿੰਘ ਅਤੇ ਮੇਰਾ ਨਾਮ ਹੈ ਜੀ ਬਾਗੀ ਬਾਗੀ ਹਾਂਜੀ ਮਾਨਵ ਸ਼ਰਮਾ ਬਾਗੀ ਓਕੇ ਇਹ ਸਿੰਗਰਾਂ ਵਾਲੇ ਨਾਮ ਜਿਹੜੇ ਇਹ ਰੈਪਰ ਅਲੱਗ ਰੈਪਰ ਵਾਲੇ ਨਾਮ ਓਕੇ ਮੇਰਾ ਨਾਮ ਹੈ ਜੀ ਨਿਖਿਲ ਨਿਖਿਲ ਵਾਲਾ ਐਡਵੈਂਟ ਵਿਦਾਂਤ ਓਕੇ ਅੱਛਾ ਇੱਕ ਕੁਐਸਚਨ ਆ ਜੇ ਇੱਕ 5 ਦੇ ਬਰਾਬਰ ਆ 2 10 ਦੇ ਬਰਾਬਰ ਆ 3 15 ਦੇ ਬਰਾਬਰ ਆ 4 20 ਦੇ ਬਰਾਬਰ ਆ ਤਾਂ 5 ਕਿਹਦੇ ਬਰਾਬਰ ਹੋਇਆ 25 ਇੱਕ ਕੁਐਸਚਨ ਰਿਪੀਟ ਕਰੋ ਜੀ ਬਾ ਇੱਕ ਵਾਰ ਤਾਂ ਬੜੀ ਮੁਸ਼ਕਲ ਨਾਲ ਤੁਸੀਂ ਵੀ ਪਾਸ ਕੀਤੀ ਹੈ ਹੁਣ ਇੰਨੀ ਮੁਸ਼ਕਲ ਸਵਾਲ ਤੁਸੀਂ ਪੁੱਛ ਰਹੇ ਹੋ ਨਹੀਂ ਮੁਸ਼ਕਲ ਤਾਂ ਨਹੀਂ ਹੈ ਬੜਾ ਸੌਖਾ ਹੈ ਵੈਸੇ ਪਰ ਥੋੜਾ ਲੰਬਾ ਹੈ ਨਾ ਤੁਹਾਡਾ ਸਵਾਲ ਚਲੋ ਦੁਬਾਰਾ ਬੋਲ ਦੇਣਾ 2 3 5 ਵਾਲੇ ਤੇ ਕਨਫਿਊਜ਼ ਹੋ ਗਿਆ ਜੇ ਇੱਕ 5 ਦੇ ਬਰਾਬਰ ਆ 2 10 ਦੇ ਬਰਾਬਰ ਆ 3 15 ਦੇ ਬਰਾਬਰ ਆ 4 20 ਦੇ ਬਰਾਬਰ ਆ ਤਾਂ 5 ਕਿਹਦੇ ਬਰਾਬਰ ਹੋਇਆ ਉਹ ਬੋਲਣਾ 10 ਵਾਰ ਤੇਜ਼ ਤੇਜ਼ ਪੰਜਾਂ ਨੇ ਬੜਾ ਦੋ ਪੁੱਛਾਂਗੇ ਚਲੋ ਅਲੱਗ ਅਲੱਗ ਪਹਿਲਾਂ ਹੈਗਾ ਫਾਲਸੇ ਕਾ ਫਾਸਲਾ ਵੈਸੇ ਤਾਂ ਤੁਹਾਡੇ ਲਈ ਸੌਖਾ ਹੀ ਹੋਣਾ ਬੋਲਣਾ 10 ਵਾਰ ਬੋਲਣਾ ਕੀ ਜੀ ਫਾਲਸੇ ਕਾ ਫਾਸਲਾ 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 ਇਹ ਵੀ ਰੈਪਿੰਗ ਵਾਲੇ ਉੱਚੀ ਐ ਕੱਟ ਅੱਛਾ ਅਪਰ ਰੋਲਰ ਲੋਅਰ ਰੋਲਰ ਆ ਰੱਖਿਆ ਤੁਸੀਂ ਸਕੇਟ ਅਪਰ ਰੋਲਰ ਲੋਅਰ ਰੋਲਰ ਬੋਲਣਾ 10 ਵਾਰ ਤੇ ਤੇਜ਼ ਬੋਲਣਾ ਮੈਂ ਤਾਂ ਉਮੀਦ ਹੈ ਤੂੰ ਬੋਲ ਦੇਗਾ ਉਮੀਦ ਤੇ ਖਰਾ ਉਤਰੀ ਉਮੀਦ ਤੇ ਤਾਂ ਦੁਨੀਆ ਕਾਇਮ ਹੈ
ਪਰ ਇੰਨੀ ਉਮੀਦ ਵੀ ਲਾਵਾਂ ਇੰਨੇ ਤਾਂ ਮਾਂ ਬਾਪ ਨਹੀਂ ਕਰਦੇ ਸਾਡੇ ਕਿ ਇਹਦੀ ਅਪਰ ਰੋਲਰ ਲੋਅਰ ਰੋਲਰ ਹਾਂ ਅੱਛਾ ਕਿੰਨੀ ਵਾਰੀ ਬੋਲਣਾ 10 ਵਾਰ 10 ਵਾਰ ਗਿਣਾ ਆਪੇ ਲਿਓ ਗਿਣਤੀ ਚਲੋ 10 ਦੀ ਰਹਿੰਦੀ ਹੈ ਅਪਰ ਰੋਲਰ ਲੋਅਰ ਰੋਲਰ ਅਪਰ ਰੋਲਰ ਰੋਲਰ ਭਾਈ ਮੇਰਾ ਤਾਂ ਹੋ ਗਿਆ ਨਾ ਤੁਹਾਡਾ ਭਾਜੀ ਮੈਂ ਥੋੜ੍ਹਾ ਸਲੋ ਰੈਪ ਕਰਦਾ ਯਾਰ ਤੇਜ਼ ਇੰਨਾ ਨਹੀਂ ਆਪਣਾ ਠੀਕ ਹੈ ਇੱਕ ਵਾਰੀ ਹੋਰ ਟਰਾਈ ਕਰਦਾ ਇੱਕ ਵਾਰੀ ਹੋਰ ਚਲੋ ਅਪਰ ਰੋਲਰ ਲੋਅਰ ਰੋਲਰ ਅਪਰ ਰੋਲਰ ਲੋਅਰ ਰੋਲਰ ਅਪਰ ਰੋਲਰ ਮਾ ਭਾਈ ਮੇਰਾ ਨਹੀਂ ਹੋਣਾ ਉਹ ਪਹਿਲੇ ਵਾਲਾ ਆਸਾਨ ਸੀ ਵੈਸੇ ਮੇਰੇ ਨਾਲ ਵੈਸੇ ਚਾ ਪਹਿਲੇ ਵਾਲਾ ਧੱਕੇਸ਼ਾਹੀ ਹੋ ਰਹੀ ਹੈ ਮੇਰੇ ਨਾਲ ਕੀ ਮੈਂ ਤਾਂ ਰੈਪ ਸੁਣਿਆ ਨਾ ਮੈਨੂੰ ਉਮੀਦ ਸੀ ਵੀ ਤੂੰ ਬੋਲ ਦੇਗਾ ਭਾਜੀ ਉਹ ਤਾਂ ਹੁਣ ਉਹ ਤਾਂ ਜੋ ਮਨ ਚਾਹੁੰਦਾ ਗਾਉਂਦੇ ਰਹਿੰਦੇ ਪਰ ਆਪਣੇ ਮਨ 'ਚ ਇਹੋ ਜਿਹੀਆਂ ਚੀਜ਼ਾਂ ਨਹੀਂ ਆਉਂਦੀਆਂ ਅਪਰ ਰੋਲਰ ਲੋਅਰ ਰੋਲਰ ਫਾਲਸੇ ਕਾ ਫਾਸਲਾ ਫਾਲਸੇ ਕਾ ਫਾਸਲਾ ਹਾਂ ਅੱਛਾ ਜੀ ਚਲੋ ਜੀ ਫਾਲਸੇ ਕਾ ਫਾਸਲਾ 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 ਫਾਲਸੇ
ਬਰਾਬਰ ਆ, 2 10 ਦੇ ਬਰਾਬਰ ਆ, 3 15 ਦੇ ਬਰਾਬਰ ਆ ਤੇ 4 20 ਦੇ ਬਰਾਬਰ ਆ, ਤਾਂ 5 ਕਿਹਦੇ ਬਰਾਬਰ ਹੋਇਆ? 5 25 ਦੇ ਬਰਾਬਰ ਹੋਇਆ। ਨਹੀਂ, ਦਿਮਾਗ ਲਾਇਆ ਸੀ ਤੂੰ ਪਰ ਲੱਗਿਆ ਨਹੀਂ ਸਹੀ। ਕਿਹਦੇ ਬਰਾਬਰ ਹੋਊਗਾ? 25 ਦੇ ਹੀ ਕਹਿ ਰਿਹਾ ਬਾਈ। ਕਹਿ ਰਿਹਾ ਤਾਂ ਕੀ ਮਤਲਬ ਹੁੰਦਾ 25 ਦੇ ਕਹਿ ਰਿਹਾ? 25 ਦੇ ਬਰਾਬਰ ਹੀ ਹੋਇਆ ਬਾਈ। ਨਹੀਂ, 25 ਦੇ ਨਹੀਂ ਆ, ਆਨਸਰ ਇਹ ਨਹੀਂ ਆ। ਜਿਹੜੇ ਲੌਜਿਕ ਨਾਲ ਤੂੰ ਸੋਚ ਰਹੇ ਹੋ ਠੀਕ ਹੈ, ਪਰ ਆਨਸਰ ਸਹੀ ਨਹੀਂ ਹੈ। ਗੋਰਾ ਬਤਾ ਦੇ, ਬਤਾ ਦਿਓ ਤਾਂ ਆਪ ਗਲਤ ਦੱਸੀ। ਜ਼ਿਆਦਾ ਪੜ੍ਹਦਾ ਨਾ ਹਮ ਸੇ? ਜ਼ਿਆਦਾ ਪੜ੍ਹਦਾ ਹੈ। ਕਿਹੜੀ ਕਲਾਸ 'ਚ? ਮੈਂ ਜੀ ਆਈ ਟੀ ਆਈ ਕਰ ਰਿਹਾ। ਆਈ ਟੀ ਆਈ ਕਰ ਰਿਹਾ? ਅੱਛਾ, ਫਿਰ ਤਾਂ ਆਨਸਰ ਪਤਾ ਹੋਣਾ ਚਾਹੀਦਾ ਬਾਈ। ਦੱਸ ਭਰਾ ਤੂੰ। ਮੈਂ ਵੀ ਬਾਈ ਆਈ ਟੀ ਆਈ ਕਰ ਰਿਹਾ। ਫਿਰ ਤਾਂ ਤੈਨੂੰ ਉਹ ਨਹੀਂ ਪੁੱਛਿਆ, ਆਨਸਰ ਪੁੱਛਿਆ ਕੀ ਹੋਊਗਾ? ਅੱਛਾ, ਇਹਨੇ ਟੰਗ ਟਵਿਸਟਰ ਆ, ਉਹ ਬੋਲੋ ਫਾਲਸ। ਆਨਸਰ ਬਾਅਦ 'ਚ ਦੱਸੂਗਾ, ਪਹਿਲਾਂ ਹੀ ਸਾਰਾ ਕੁਝ ਦੱਸ ਦਈਏ। ਫਾਲਸ ਹੈਗਾ ਫੈਸਲਾ, 10 ਵਾਰ ਬੋਲਣਾ। ਫਾਲਸੇ ਕਾ ਫੈਸਲਾ, ਫਾਲਸੇ ਕਾ ਫੈਸਲਾ, ਫਾਲਸੇ ਕਾ ਫੈਸਲਾ, ਫਾਲਸੇ ਫਾਲਸੇ ਕਾ ਫੈਸਲਾ, 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 ਫਾਲਸੇ ਕਾ ਫੈਸਲਾ,
फैसले का फैसला कुछ और ही बोल गया तू, गलत याद कर लिया तू। अच्छा तू तो कुछ भी नहीं कर पाई यार, ना टंग ट्विस्टर सही होया ना होया, गाना कौन सुनाऊंगा ये दसो। पहला मुंडे खड़े आओ, तुझे आओ टंग ट्विस्टर, पहला तो नाम दस, नाम की भरा? हिमांशु। हिमांशु, अच्छा टंग ट्विस्टर आओ दसो, पहला तो क्वेश्चन पूछ लिए नु, ये दस दूंगा आंसर या ये भी दस दा। अच्छा जे एक पंज दे बराबर है, दो दस दे बराबर है, तीन पंद्रह दे बराबर है, चार बीह दे बराबर है, तो पंज की दे बराबर है? पच्ची। ये भी तोड़े वाली वैरायटी दे भरा, भी साडा ही है ना भाई। अच्छा तेज तेज बोलना, फालसे का फैसला दस बार। फालसे का फैसला, 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 फासले। ये भी गलत हुआ। हम गाना सुनाओ भाई। कौन भाई? इन्ना टाइम नहीं देना सोचन दा, दोनों चीजा गलत बोल के आले। अच्छा सवेरे चल गया सी हिंदी सुनूंगा जी, पंजाबी ਪੰਜਾਬੀ ਸੁਣਾ ਦੇ ਚਾ। ਪੰਜਾਬੀ ਪੰਜਾਬੀ ਕਿਹੜਾ ਸੁਣੋਗੇ ਜੀ? ਹੁਣ ਮੈਂ ਤੈਨੂੰ ਲਿਸਟ ਨਾ ਦੇ ਦਾਂਗਾ, ਫੇਰ ਤੂੰ ਕਹੇਗਾ ਲਿਰਿਕਸ, ਫੇਰ ਤੂੰ ਕਹੇਗਾ ਮੈਨੂੰ ਲਿਰਿਕਸ ਵੀ ਦੱਸ ਦੋ ਕਿਹੜੇ ਸੁਣੋ। ਤੁਸੀਂ ਕਿਹੜੇ ਸਿੰਗਰ ਦਾ ਸੁਣਾ ਦੇ ਇਹ ਦੱਸੋ, ਜਿਹੜੇ ਮਰਜ਼ੀ ਦਾ ਸੁਣਾ ਦੇ ਭਰਾ, ਸਾਰਿਆਂ ਦੇ ਪਿਆਰ। ਤੁਹਾਡਾ ਕਿਹੜਾ ਫੇਵਰੇਟ ਹੈ? ਸਾਰੇ ਫੇਵਰੇਟ ਆ ਮੇਰੇ, ਜਿਹੜਾ ਮਰਜ਼ੀ ਕਰ, ਨੌਜਲਾ, ਸਿੱਧੂ ਮੂਸੇ ਵਾਲਾ, ਸਿੱਪੇ ਗਿੱਲ, ਜਿਹੜਾ ਮਰਜ਼ੀ ਸੁਣਾ ਦੇ। ਸਮਝ ਤਾਂ ਲੱਗਣੀ ਚਾਹੀਦੀ ਹੈ। ਇੰਨੇ ਨੂੰ ਤੈਨੂੰ ਪੇਪਰ 'ਚ ਉਹ ਆ ਗਿਆ ਕੁਐਸਚਨ, ਤੂੰ ਤਾਂ ਪਹਿਲਾਂ ਕਹੇਗਾ ਮੈਂ ਮੈਡਮ ਇਸ ਕੁਐਸਚਨ ਕਾ ਆਂਸਰ ਕਿਆ ਦੂੰ, ਮੈਨੂੰ ਇਹ ਬਤਾ। ਕੱਲ ਫੇਰ ਕਿਹਦੇ ਨਾਲ ਖਿਆ ਕੇ ਆ ਗਏ ਆ, ਚਿੱਟਾ ਕੁਰਤਾ ਲਵੇੜੇ ਆ ਤੂੰ ਖੂਨ ਨਾਲ ਵੇ। ਬਸ ਪਹਿਲਾ ਨਾ ਦਿਆ। ਅੱਛਾ ਪੂਰਾ ਗਾਣਾ ਕਿਹੜਾ ਆਉਂਦਾ ਪਹਿਲਾਂ ਇਹ ਦੱਸੋ, ਤਿੰਨ ਇਹ ਰਹਿ ਗਿਆ ਮੁੰਡਾ, ਤੂੰ ਵੀ ਸੁਣਾ ਦੇ। ਭਰਾ ਮੈਨੂੰ ਗਾਣੇ ਨਹੀਂ ਆਉਂਦੇ। ਫੇਰ ਕੀ ਆਉਂਦਾ? ਡਾਂਸ ਆਉਂਦਾ? ਨਾ ਉਹ ਤਾਂ ਬਿਲਕੁਲ ਨਹੀਂ ਆਉਂਦਾ। ਫੇਰ ਗਾਣਾ ਸੁਣਾ ਦੇ। ਇਹ ਆਉਂਦਾ ਤਾਂ ਇਹਨੂੰ ਵੀ ਨਹੀਂ ਸੀਗਾ, ਸੁਣਾਇਆ ਨਾ ਅਗਲੇ ਨੇ, ਕੋਸ਼ਿਸ਼ ਤਾਂ ਕੀਤੀ ਨਾ। ਹਾਂ ਹਮ ਬਦਲਨੇ ਲਗੇ, ਗਿਰਨੇ ਸੰਭਲਨੇ ਲਗੇ, ਜਬ ਸੇ ਹੈ ਜਾਣਾ ਤੁਮੇ, ਤੇਰੀ ਓਰ ਚਲਨੇ ਲਗੇ। ਹਸੀ ਬਣ ਗਏ, ਹਾਂ ਨਮੀ ਬਣ ਗਏ, ਤੁਮ ਮੇਰੇ ਆਸਮਾਂ, ਮੇਰੀ ਜ਼ਮੀ ਬਣ ਗਏ। ਓ ਇਹ ਐਂਡ 'ਚ ਕਿਹੜਾ ਸੁਣ ਲਾਇਆ ਸੀ? ਇਹ ਐਂਡ ਨਹੀਂ ਭਾਈ। ਅੱਛਾ ਪਹਿਲਾਂ ਮੈਨੂੰ ਇਹ ਦੱਸੋ, ਆਹ ਕੀ ਸੀ? ਇਹ ਵੀ ਮੁੰਡਾ ਤੁਸੀਂ ਮਾਈਕ 'ਚ ਕੀ ਦੇਖ ਕੀ ਰਹੇ ਸੀਗੇ? ਇਹ ਮੈਂ ਚੈੱਕ ਕਰ ਰਿਹਾ, ਮੈਂ ਸਾਊਂਡ ਆ ਰਹੀ ਹੈ, ਮੈਨੂੰ ਸੁਣ ਨਹੀਂ ਰਹੀ ਸੀ ਨਾ, ਇਹ ਕਰ ਰਹੀ ਮੈਂ ਚੈੱਕ। ਭਰਾ ਤੇਰਾ ਪੂਰਾ ਗਾਣਾ ਰਹਿ ਗਿਆ, ਇਹਨੇ ਤਾਂ ਚੱਲ ਉਹਦੇ ਵਾਲਾ ਪੂਰਾ ਕਰਤਾ, ਤੂੰ ਤਾਂ ਪੰਜਾਬੀ ਹੋ ਗਿਆ, ਪੰਜਾਬੀ ਗਾਣੇ ਦੇ ਲਿਰਿਕਸ ਨਹੀਂ ਪਤਾ। ਕੁਛ ਤਾਂ ਕਰੋ, ਮੁੰਡਾ ਮਾਰੂਗਾ, ਤੂੰ ਵੀ ਬਹਿ ਜਾ। ਤਿੰਨ ਚਾਰ ਪੰਜ ਛੇ ਸੱਤ ਅੱਠ ਪੂਰੇ ਬੋਲੀ ਕੁਛ
ਤਿੰਨ ਹੋਰ ਉਹ ਗੋਡੇ ਲੱਗੇ ਥੱਲੇ ਚੱਲ ਦੁਬਾਰਾ ਬੋਲੋ ਕੀ ਕਹਿ ਰਹੇ ਅੰਕਲ ਨੀ ਬੋਲਣਾ ਯਾਰ ਅੰਕਲ ਨੀ ਬੋਲਣਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਚੋਬੀਸ ਪੱਚੀਸ ਛੱਬੀਸ ਸਤਾਈਸ ਅਠਾਈਸ ਉਨੱਤੀਸ ਤੀਸ ਥਰਟੀ ਵਨ ਥਰਟੀ ਟੂ ਥਰਟੀ ਥ੍ਰੀ ਫੋਰਟੀ ਟੂ 45 46 47 47 ਨਾਮ ਕਿਆ ਤੁਹਾਡਾ ਅਵਨੀ ਅੱਛਾ ਪਾਪਾ ਜਿੱਤ ਗਏ ਤੁਹਾਡੇ ਵਿਨਰ ਘੋਸ਼ਿਤ ਕਰ ਦਿਆ ਇਹਨਾਂ ਨੂੰ ਜਾਂ ਉਹ ਹੱਥ ਫੜ ਕੇ ਮੈਨੂੰ ਹੱਥ ਦੇ ਪਤਾ ਕਰਦੇ ਜਿੱਤ ਗਿਆ ਸਮਾਪਤ ਕਰਦੇ ਅਗਲੇ ਐਪੀਸੋਡ ਦੇ ਵਿੱਚ ਫੇਰ ਮਿਲਾਂਗੇ ਨਵੇਂ ਸ਼ੋਅ ਦੇ ਨਾਲ ਤਦ ਤੱਕ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ